हाँ जी सत श्रीकाल प्यारे दोस्तों, मैं अमृत चाल तुम्हें जुड़े यूट्यूब चैनल शौकी आर्ट के नाल। दोस्तों अज पहुँचे हाँ अमृतसर साहब डॉग शो के उपर, जिते कि डॉग मार्केट लगी आ। इस वीडियो में तुम्हें दिखाने आप डॉग्स नाले उन्होंने प्राइस दसते हैं कि मार्केट में प्राइस चलता पै डॉग्स का। वीडियो लास्ट तक जरूर देखियो तो आज चलते हैं मार्केट। हाँ जी दोस्तों, आ वीर होनी अमृतसर तो लैके आए हैं डॉग, तो पोपेरियन लगते हैं मैनू वाइट। तो लेने वीर को डिटेल की प्राइस आ, की इन्हों की एज आ, तो कदों कदों काम कर रहे हैं कि जी। वीर जी सत श्रीकाल जी। सत श्रीकाल जी। वीर जी सब तो पहले नाम दसो जी अपना। मेरा नाम सोनू है जी। सोनू। तो वीर जी कितों आए अमृतसर तो? आप कितों? सर सर शहीदा साहब के कोल। ठीक है जी। हाँ जी। लोग ही कह सकते इतने लोग जी। तो वीर जी ये अपने डॉग ब्रीडिंग का काम है जी, किवें जी? सर अपने को आल डॉग मिल जाते हैं। ठीक है, आल डॉग ब्रीड कर रहे हो सेल प्रोसेसिंग का काम। तो वीर जी जेडे तुसीं हाथ दे विच डॉग फड़े बड़े प्यारे पोमेरियन है जी। पोमेरियन जी। पोमेरियन जी। तो की एज वगैरह जी वीर जी इन्हां दी? सर जी एज है कि 1 मंथ। ठीक है जी, 1 मंथ दे है जी। हां जी ठीक है। तो वीर जी मतलब सेल ही लैके आए तुसीं? हां जी सेल ही सेल। वी की प्राइस चलदा जी इन्हां दा? सर 6000 रुपए दा मेल जी, 4000 रुपए दी फीमेल जी। ठीक है, 4000 दी फीमेल। हां जी। ते ओ आ हाथ च फीमेल जी अपनी छोटी? फीमेल जी। ਠੀਕ ਹੈ ਜੀ। ਮੇਲ ਆ। ਤੇ ਕੀ ਸਾਈਜ਼ ਵਗੈਰਾ ਰਹਿੰਦਾ ਵੀਰ ਜੀ ਇਹਨਾਂ ਦਾ? ਸਾਈਜ਼ ਸਰ ਜੀ ਤੇ ਪੋਮ ਸਾਈਜ਼ ਹੀ ਰਹਿੰਦਾ ਛੋਟਾ ਜਿਹਾ। ਹਾਂ ਛੋਟੇ ਜਿਹੜੇ ਆਪਣੇ ਘਰਾਂ 'ਚ ਆਉਂ ਰੱਖਦੇ। ਹਾਂ ਜੀ ਠੀਕ ਹੈ ਜੀ। ਤੇ ਕਿੰਨੇ ਲੈ ਗਏ ਵੀਰ ਜੀ ਆਪਣੇ? ਹਾਂ ਜੀ ਸਰ। ਕਿੰਨੇ ਜਾਨਵਰ ਜੇ ਲੈ ਗਏ ਆਪਣੇ? ਕਹਿ ਸਕਦੇ ਕਿ ਤੁਸੀਂ ਲੈ ਗਏ ਇੱਕ ਸੇਲ ਕੀਤਾ ਜੀ ਨੇ, ਤੇ 5 ਬੱਚੇ ਲਿਆਂਦੇ ਸੀ ਪੋਮੇਰੀਅਨ ਦੇ ਜੀ, ਤੇ 2 ਸ਼ਾਫਟ ਲਿਆਂਦੇ ਸੀ ਆਪਾਂ ਜੀ, 2 ਜਰਮਨ ਸ਼ਾਫਟ। ਹਾਂ ਜੀ, ਇੱਕ ਕਲਚਰ ਪੋਮ ਅਡਲਟ ਫੀਮੇਲ ਜੀ। ਠੀਕ ਹੈ ਜੀ, ਇਹ ਕਲਚਰ ਪੋਮ ਹੈ ਜੀ। ਹਾਂ ਜੀ ਠੀਕ। ਤੇ ਵੀਰ ਜੀ ਕਲਚਰ ਪੋਮ ਦਾ ਕੀ ਪ੍ਰਾਈਸ ਰਹਿੰਦਾ ਜੀ? ਕੀ ਸਰ ਕਲਚਰ ਅਡਲਟ ਦਾ ਫੀਮੇਲ ਹੈਗਾ ਜੋ ਕੋ 8000 ਰੁਪਏ ਮੇਲ ਫੀਮੇਲ ਜੀ। 8000 ਰੁਪਏ ਫੀਮੇਲ ਜੀ। ਠੀਕ ਹੈ ਵੀਰ ਜੀ, ਇਹ ਵੀ ਐਵੇਂ ਦੀ ਹੁੰਦੀ ਜੀ? ਹਾਂ ਜੀ ਠੀਕ ਹੈ। ਇਹਦਾ 8000 ਰੁਪਏ? ਹਾਂ ਜੀ ਠੀਕ ਹੈ। ਵੀਰ ਜੀ ਆਪਣਾ ਲਾਸਟ ਦਾ ਕੰਟੈਕਟ ਨੰਬਰ ਦੱਸ ਦਿਓ ਜੀ ਕਿਸੇ ਨੇ। ਸਰ ਮੇਰਾ ਨੰਬਰ ਹੈਗਾ 7347275589 ਸੋਨੂ ਨਾ ਜੀ। ਠੀਕ ਹੈ ਜੀ। ਤੇ ਲੋਕੇਸ਼ਨ ਆਪਣੀ ਅੰਮ੍ਰਿਤਸਰ? ਲੋਕੇਸ਼ਨ ਅੰਮ੍ਰਿਤਸਰ। ਹਾਂ ਜੀ ਦੋਸਤੋ, ਵੀ ਇੱਕ ਆ ਵੀਰ ਲੈ ਕੇ ਆਇਆ, ਇੱਕ ਅਮਰੀਕਨ ਬੁੱਲੀ ਹੈ ਅਤੇ ਇੱਕ ਮੇ ਵੀ ਲੈਬਰਾਡੋਰ ਆ ਬਲੈਕ ਕਲਰ ਦੇ ਵਿੱਚ। ਅਤੇ ਆ ਜੋ ਪੁੱਛਦੇ ਹਾਂ ਡਿਟੇਲ ਕੀ ਪ੍ਰਾਈਜ਼ ਆ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਭਾਈ ਪ੍ਰਭਜੋਤ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ? ਭਾਈ ਮੈਂ ਅੰਮ੍ਰਿਤਸਰ ਜ਼ਿਲ੍ਹਾ ਡਿਸਟ੍ਰਿਕਟ ਅੰਮ੍ਰਿਤਸਰ ਆ, ਅਤੇ ਹੈ ਮੈਂ ਬਿਆਸ ਦੇ ਕੋਲ ਆ। ਠੀਕ ਹੈ, ਬਿਆਸ ਦੇ ਕੋਲ। ਫਾਰਮ ਹੈ ਜੀ ਆਪਣਾ ਡੋਗ ਫਾਰਮ? ਹਾਂਜੀ ਡੋਗ ਫਾਰਮ ਜੀ। ਅਤੇ ਵੀਰ ਜੀ ਕਿਹੜੀ ਕਿਹੜੀ ਬ੍ਰੀਡ ਲੈ ਕੇ ਆਏ ਜੀ? ਬ੍ਰਦਰ ਮੈਂ ਅਮਰੀਕਨ ਬੁੱਲੀ ਅਤੇ ਲੈਬਰਾ ਲੈ ਕੇ ਆਇਆ। ਠੀਕ ਹੈ, ਆਹ ਅਮਰੀਕਨ ਬੁੱਲੀ ਬਲੂ ਕਲਰ ਦੇ ਵਿੱਚ ਅਤੇ ਇੱਕ ਲੈਬਰਾ ਬਲੈਕ। ਠੀਕ ਹੈ ਜੀ, ਕੁਆਲਿਟੀ ਤਾਂ ਬਹੁਤ ਸੋਹਣੀ ਵੀਰ ਜੀ ਆਪਣੇ ਬੱਚਿਆਂ ਦੀ। ਅਤੇ ਕੀ ਏਜ ਦੇ ਵਿੱਚ ਕੀ ਪ੍ਰਾਈਜ਼ ਹੈ ਇਹਨਾਂ ਦਾ? ਬ੍ਰਦਰ ਇਹ 2-2 ਮਹੀਨੇ ਇਹਨਾਂ ਦੀ ਏਜ ਹੋ ਚੁੱਕੀ ਹੈ, ਵੈਕਸੀਨੇਸ਼ਨ ਇਹਨਾਂ ਨੂੰ ਹੋ ਚੁੱਕੀ ਆ। ਦੋਨਾਂ ਦੀ 2-2 ਮਹੀਨੇ ਏਜ ਹੈ ਜੀ? ਹਾਂਜੀ, ਅਤੇ ਵੈਕਸੀਨੇਸ਼ਨ ਕਾਰਡ ਆਪਣੇ ਕੋਲ ਅਵੇਲੇਬਲ ਆ ਜੀ। ਅਤੇ ਪ੍ਰਾਈਜ਼ ਇਹਨਾਂ ਦਾ 10-10,000 ਆ ਦੋਨਾਂ ਦਾ। ਦੋਨੋਂ ਮੇਲ ਜੇ? ਦੋਨੋਂ ਫੀਮੇਲਾਂ ਨੇ। ਫੀਮੇਲ? ਹਾਂਜੀ। ਅਤੇ ਮੇਲ ਦਾ ਕੀ ਪ੍ਰਾਈਜ਼ ਰਹਿੰਦਾ? ਮੇਲ ਦਾ ਭਾਜੀ 15,000 15,000। ਠੀਕ ਹੈ, ਉਹਨਾਂ ਦਾ 15,000, ਲੈਬਰਾ ਦਾ ਵੀ, ਅਮਰੀਕਨ ਦਾ ਵੀ, ਦੋਨਾਂ ਸੇਮ ਪ੍ਰਾਈਜ਼। ਠੀਕ ਹੈ, ਅਤੇ ਦੋਨਾਂ ਦੀ ਬ੍ਰੀਡਿੰਗ ਕਰਦੇ ਵੀਰ ਜੀ ਆਪਾਂ? ਹਾਂਜੀ ਭਾਜੀ। ਅਤੇ ਇਹ ਹੋਰ ਅਮਰੀਕਨ ਬੁੱਲੀ, ਲੈਬਰਾ, ਸ਼ਿਟਜ਼ੂ ਅਤੇ ਗੋਲਡਨ ਰੈਟਰੀਵਰ, 4 ਬ੍ਰੀਡਾਂ 'ਚ ਮੈਂ ਕੰਮ ਕਰਦਾ। ਠੀਕ ਹੈ, ਅਤੇ ਬਿਆਸ ਤੋਂ ਵੀਰ? ਹਾਂਜੀ ਬਿਆਸ ਤੋਂ। ਠੀਕ ਹੈ, ਕੀ ਆਪਣੇ ਫਾਰਮ ਦਾ ਨਾਮ ਜੀ? ਪਿੰਡਰ ਡੋਗ ਬ੍ਰੀਡਿੰਗ ਸੈਂਟਰ, ਮੇਰਾ ਯੂਟਿਊਬ ਚੈਨਲ ਵੀ ਹੈਗਾ ਆ ਜੀ, ਇਸੇ ਨਾਮ ਤੋਂ ਆ, ਪਿੰਡਰ ਡੋਗ ਬ੍ਰੀਡਿੰਗ ਸੈਂਟਰ ਦੇ ਨਾਮ ਤੋਂ। ਠੀਕ ਹੈ ਜੀ। ਅਤੇ ਵੀਰ ਜੀ ਆਪਣਾ ਲਾਸਟ ਦੇ ਕੰਟੈਕਟ ਨੰਬਰ ਦੱਸ ਦਿਓ। 7008483100। ਠੀਕ ਹੈ ਜੀ। ਅਤੇ ਇੱਥੇ ਤੁਹਾਨੂੰ ਕੰਟੈਕਟ ਕਰ ਸਕਦੇ ਕਿਵੇਂ ਕਿਸੇ? ਧੰਨਵਾਦ ਦੋਸਤੋ। ਆ ਵੀਰ ਲੈ ਕੇ ਆਇਆ ਲੈਬਰਾ ਡੋਗ, ਲਿਆਇਆ ਵਾ ਪੱਪ ਕਹਿ ਸਕਦੇ ਆਪਾਂ, ਪੱਪ ਆ ਛੋਟੇ ਬੱਚੇ। ਅਤੇ ਇਹਨੂੰ ਪੁੱਛਦੇ ਹਾਂ ਵੀ ਕੀ ਇਹਨਾਂ ਦੀ ਡਿਟੇਲ ਆ, ਕੀ ਪ੍ਰਾਈਜ਼ ਵਗੈਰਾ, ਕੀ ਚੱਲਦਾ ਪਿਆ ਜੀ? ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਹੈ ਜੀ ਸਾਹਿਲ ਫਰੋਮ ਮੋਗੇ ਤੋਂ ਆਏ ਹਾਂ ਜੀ ਡੋਗ ਲੈ। ਠੀਕ ਹੈ ਵੀਰ ਜੀ, ਕਿੰਨੇ ਲਿਆਂਦੇ ਜੀ ਆਪਣੇ ਬੱਚੇ ਤੁਸੀਂ? ਆਪਣੇ 2 ਫੀਮੇਲ ਆ, 1 ਮੇਲ ਆ ਜੀ। 1 ਮੇਲ ਤੇ 2 ਫੀਮੇਲ? ਆਪਣੇ ਘਰ ਦੇ ਜੇ? ਹਾਂਜੀ ਹਾਂਜੀ, ਘਰ ਦੇ ਬੱਚੇ। ਠੀਕ ਹੈ ਜੀ। ਤੇ ਇਹ ਕਿਹੜੀ ਬ੍ਰੀਡ ਆ ਜਾਂਦੀ ਹੈ ਜੀ? ਲੈਬਰਾ? ਲੈਬਰਾ ਡੋਗ ਆ ਜਾਂਦਾ। ਠੀਕ ਹੈ, ਕਲਰ ਆ ਜਾਂਦਾ ਜੀ? ਹਾਂਜੀ, ਕਲਰ ਗੋਲਡਨ ਬਲੈਕ। ਗੋਲਡਨ? ਹਾਂਜੀ। ਠੀਕ ਹੈ ਜੀ। ਤੇ ਬ੍ਰਦਰ ਕੀ ਇਹਨਾਂ ਦੀ ਏਜ ਦਾ ਤੇ ਕੀ ਪ੍ਰਾਈਸ ਚੱਲਦਾ ਪਿਆ ਜੀ ਤਾਂ ਮਾਰਕੀਟ ਦੇ ਵਿੱਚ? ਕੀ ਜੀ ਇਹਦੇ ਤੁਹਾਡਾ ਕੀ ਪ੍ਰਾਈਸ ਜੀ? ਆਪਣੇ 1.5 ਮੰਥ ਦੇ ਆ, ਇਹਦੀ ਕੋਸਟ ਹੈਗੀ ਆ 5000। ਠੀਕ ਹੈ ਜੀ, 5000 ਰੁਪਏ ਆ। ਹਾਂਜੀ, ਇਹ ਹੈਗੀ ਆਪਣੇ 7000 ਰੁਪਏ, ਇਹ ਹੈਗਾ 1 ਮਹੀਨੇ ਦਾ। ਠੀਕ ਹੈ, 1 ਮਹੀਨੇ ਦਾ। ਠੀਕ ਹੈ, ਤੇ 1 ਮੇਲ ਤੇ 1 ਫੀਮੇਲ? ਹਾਂਜੀ। ਮੇਲ ਦਾ ਕੀ ਤੇ ਫੀਮੇਲ ਦਾ ਕੀ ਜੀ? ਹਾਂਜੀ, ਮੇਲ ਦਾ ਪ੍ਰਾਈਸ ਤੇ ਫੀਮੇਲ ਦਾ ਕੀ ਡਿਫਰੈਂਸ ਆ ਜਾਂਦਾ ਵੀ? ਹਾਂਜੀ ਹਾਂਜੀ, ਕੀ ਕਿੰਨਾ ਕੁ ਫਰਕ ਹੁੰਦਾ ਹੈ ਮੇਲ ਦੇ ਤੇ ਫੀਮੇਲ ਦੇ ਵਿੱਚ ਪ੍ਰਾਈਸ? ਪ੍ਰਾਈਸ 'ਚ ਮਤਲਬ ਕਿ 3-4 ਹਜ਼ਾਰ ਦਾ ਫਰਕ ਹੁੰਦਾ, ਜ਼ਿਆਦਾ ਨਹੀਂ। ਠੀਕ ਹੈ ਜੀ। ਤੇ ਆਪਣੇ ਕੋਲ 3 ਆ ਇਸ ਵਕਤ ਅਵੇਲੇਬਲ, ਤੇ ਆਪਣਾ ਨਾ ਕੰਟੈਕਟ ਨੰਬਰ ਦੇ ਦਿਓ ਵੀਰ ਜੀ। 9760-43-13। ਠੀਕ ਹੈ, ਇੱਕ ਰਿਪੀਟ ਕਰ ਦਿਓ ਵੀਰ ਜੀ। 9760-43-13। ਠੀਕ ਹੈ।
हाँ जी दोस्तों वीर होनी एक होर ब्रीड वा वक्री जी ब्रीड दिखी मैनू ये बारे पूछ रहे वीर होना की डिटेल है की प्राइज आ। हाँ जी वीर जी सत श्रीकाल जी। वीर जी अपना नाम दसो जी सब तो पहला। मेरा नाम रजिंदर सिंह। रजिंदर सिंह जी कि जगह तय वीर जी अपने अमृतसर। अमृतसर तो जी ठीक है जी। तो वीर जी अपनी कि ब्रीड लैके आए तुम डॉग फ्रेंच मैस्ट वा जी ठीक है जी। तो बॉडी एक्स भी कह देंगे ठीक है। वीर जी ब्रीडिंग वगैरह करते हैं या कि शौक ना घर रखे। ब्रीडिंग करते हैं ठीक है। ब्रीडिंग करते हैं ठीक है। फार्म हो गया जी अपना फिर ठीक है। किन्नी फीमेल वगैरह या मेल किन्ने के रखे तुम। हाँ जी चार ठीक है। चार पाँच मेल जानवर रखे थे ठीक है जी अडल्ट। तो भीर जी की एज इन्हों की प्राइस आ जाता जी इन्हों का। 35 डेज़ ओल्ड ठीक है जी। 35 दिनों कह सकते आप। मेल तो फीमेल से ठीक है जी। की प्राइस रहा वीर जी इन्हों का। फीमेल 15,000 ठीक है। फीमेल जी 15,000 की दें ठीक है। की फर्क रह जाता इन्हों दोवे फीमेल से मेल से साइज वगैरह का फर्क पैंता कोई। साइज मेल जरा थोड़ा ज्यादा होंगे वा कोई भी ब्रीड जी मेल का साइज थोड़ा वध हुंदा ते फीमेल का थोड़ा घट हुंदा ठीक है जी। बीगल का मेल जी ठीक है जी। ठीक है जी। कॉन्टैक्ट नंबर दसता। धन्यवाद भी जी। थैंक यू।